नमस्कार, मैं शालिनी सिंह, आप देख रहे हैं टाइम न्यूज। आइए देखते हैं आज की प्रमुख खबरें। धार्मिक स्थानों को निशाना बनाने वाले चोर गिरोह पुलिस की गिरफ्त में, किसान जत्थेबंदियों ने किया जाम। कैबिनेट मंत्री अनिल जोशी ने हर साल की तरह इस बार भी दशहरा धूमधाम से मनाया। कमेटी के 5 प्यारों ने जत्थेदारों की सेवाएं बंद करने के दिए आदेश। 5 प्यारों का फैसला सही, उनको सस्पेंड करना दुखदायी, जत्थेदार वेदांती। प्रधान अवतार सिंह पर SGPC मुलाजिमों ने की हमले की कोशिश। 5 प्यारों को आदेश जारी करने का नहीं है अधिकार, मक्कड़। रामलीला प्रचार समिति द्वारा आयोजित शिव तांडव स्रोत पर सुमित खेतांग ने अद्भुत प्रस्तुति। गुरदासपुर में धार्मिक स्थानों को निशाना बनाकर लूटने वाले चोर गिरोह पुलिस की गिरफ्त में, हमारे संवाददाता ललित शर्मा की रिपोर्ट। पैसे के लालच में धार्मिक स्थानों को निशाना बनाने वाले चोर गिरोह 36 से भी ज्यादा दान पेटी को अपने निशाना बना चुका है। इस गिरोह के 3 गुनेगार पुलिस की पकड़ में आ चुके हैं। वारदात में इस्तेमाल किए गए मोटरसाइकिल, मोबाइल, हथियार और 19,000 नकदी पुलिस ने बरामद की है। अब पुलिस की गिरफ्त में है यह गिरोह। बाले पुलिस डिस्ट्रिक्ट दे विच एक पिंड पैंदा है डेरा पठाना, उत्थे दे गुरुद्वारा साहब विच 3 नौजवान जिहड़े हथियारबंद होके आए सी और अंदरों सेवादार चौकस होण करके जिहड़े हैगे सेवादार जाग गए ते इह उत्थों मौके तों भज गए, क्योंकि माहौल दे चलदियां लोकां विच इह घबराहट सी कि शायद इह गुरुद्वारा साहब नूं किसी किस्म दा नुकसान पहुंचाउण लई आए सी जां कोई होर धार्मिक भावना उन्हां नूं ठेस पहुंचाउण लई आए सी, पर अजिही कोई गल नहीं है। असीं इन्हां नूं जिहड़ी साडी टीम ने बड़ी मुस्तैदी तों बाद इन्हां नूं अज गिरफ्तार कर लिया। इह बेसिकली प्रोफेसनल चोर ने और इन्हां दा काम ही जिहड़ा हैगा आ उह अलग अलग जिहड़े धार्मिक स्थान आ जिवें गुरद्वारा साहब, मंदिर, कोई पीरां जां फकीरां दी जगह, कोई धाम होए, उत्थों गोलक चोरी करके तोड़ के उहदे चों पैसे कढ़ने। ਜੇਕਰ ਉੱਥੇ ਮੌਕੇ ਦੇ ਉੱਤੇ ਕੋਈ ਰਜਿਸਟ ਕਰਦਾ ਤੇ ਉਹਨੂੰ ਹਥਿਆਰਬੰਦ ਹੋ ਕੇ ਅੱਗੇ ਪੈਂਦੇ ਵੀ ਆ, ਤੇ ਇਹਨਾਂ ਨੂੰ ਅੱਜ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ। ਇਹਨਾਂ ਕੋਲੋਂ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਹੋਇਆ ਮੋਟਰਸਾਈਕਲ, ਇਹਨਾਂ ਦੇ ਮੋਬਾਈਲ ਫੋਨਸ, ਇਹਨਾਂ ਦੇ ਹਥਿਆਰ, ਉਹ ਵੀ ਬਰਾਮਦ ਕਰ ਲਏ ਗਏ ਨੇ। ਔਰ ਵੱਡੀ ਗੱਲ ਹੈ ਕਿ ਇਹ ਇਸ ਕੰਮ ਦੇ ਵਿੱਚ ਇਹਨਾਂ ਦੀਆਂ ਮਾਵਾਂ ਇਹਨਾਂ ਦਾ ਪੂਰਾ ਸਾਥ ਦਿੰਦੀਆਂ ਸੀ। ਇਹਨਾਂ ਵਿੱਚੋਂ 2 ਦੋਸ਼ੀਆਂ ਦੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ, ਉਹਨਾਂ ਕੋਲੋਂ ਵੀ ਭਾਰੀ ਸਮੱਗਰੀ ਜਿਹੜੀ ਬਰਾਮਦ ਹੋਈ ਹੈ ਧਾਰਮਿਕ ਸਥਾਨਾਂ ਤੋਂ ਚੋਰੀ ਸ਼ੁਦਾ ਜਿਹੜੀ ਹੈਗੀ ਆ, ਔਰ ਉਹ ਜਿਹੜਾ ਚੋਰੀ ਸ਼ੁਦਾ ਸਮਾਨ ਆ ਉਹ ਸੰਭਾਲ ਕੇ ਰੱਖਦੀਆਂ ਸੀ, ਅੱਗਿਓਂ ਉਹਨੂੰ ਜਿਹੜਾ ਉਹਨੂੰ ਵੇਚ ਕੇ ਤੇ ਜਿਹੜੇ ਕਰੰਸੀ ਨੋਟਸ ਹੈ ਵੱਡੇ ਜਿਵੇਂ 500 ਦੇ, 1,000 ਦੇ, ਉਹਦੇ 'ਚ ਕਨਵਰਟ ਕਰਦੀਆਂ ਸੀਗੀਆਂ। ਇਸ ਕੇਸ ਦੇ ਵਿੱਚ ਜਿਹੜੇ ਟੋਟਲ ਜਿਹੜੇ 5 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ, ਜਿਨ੍ਹਾਂ ਵਿੱਚ ਰਾਜਕੁਮਾਰ ਕਾਲੂ ਹੈ, ਅਮਨ ਕੁਮਾਰ ਏਲੀਅਸ ਨੰਨਾ ਹੈ ਔਰ ਜਸਪਾਲ ਸਿੰਘ ਏਲੀਅਸ ਨਿੱਕਾ, ਸਾਰੇ ਹਰਦੋ ਪਥਵਾਲ ਜਿਹੜਾ ਹੈਗਾ ਪਿੰਡਾ ਥਾਣਾ ਸਦਰ ਗੁਰਦਾਸਪੁਰ 'ਚ ਪੈਂਦਾ। ਔਰ ਇਸ ਤੋਂ ਇਲਾਵਾ ਇਹਨਾਂ ਦੀਆਂ ਜਿਹੜੀਆਂ 2 ਮਾਵਾਂ ਨੇ, ਇਹਨਾਂ ਦੀਆਂ ਮਾਤਾਵਾਂ ਨੇ, ਉਹ ਵੀ ਜਿਹੜੇ ਸਾਥ ਦਿੰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰਦਾਸਪੁਰ ਮੇਂ ਕਿਸਾਨ ਜਥੇਬੰਦੀਓਂ ਨੇ ਕੀਆ ਰੋਡ ਜਾਮ, ਹਮਾਰੇ ਸੰਵਾਦਦਾਤਾ ਨਰੇਂਦਰ ਸੈਟੀ ਕੀ ਰਿਪੋਰਟ। ਕਿਸਾਨ ਜਥੇਬੰਦੀਓਂ ਕੀ ਓਰ ਸੇ ਸਭੀ ਮਜਿਸਟ੍ਰੇਟ ਕੇ ਘਰੋਂ ਕੇ ਆਗੇ ਧਰਨਾ ਮਾਰਨੇ ਕਾ ਪ੍ਰੋਗਰਾਮ ਥਾ, ਜਿਸਕੇ ਚਲਤੇ ਗੁਰਦਾਸਪੁਰ ਕੇ ਕਿਸਾਨ ਗੁਰਬੰਧਨ ਸਿੰਘ, ਬਲਵੇ ਹਾਲੀ ਮੁੱਖ ਸਚਿਵ ਖੇਤੀਬਾੜੀ ਵਿਭਾਗ ਪੰਜਾਬ ਔਰ MLA ਗੁਰਦਾਸਪੁਰ ਕੇ ਘਰ ਕੇ ਸਾਹਮਣੇ ਧਰਨਾ ਮਾਰਨਾ ਜਾ ਰਹਾ ਥਾ, ਤੋ ਉਨਕੀ ਪੁਲਿਸ ਨੇ ਰਾਸਤੇ ਮੇਂ ਰੋਕ ਦਿਆ, ਜਿਸਕੇ ਚਲਤੇ ਕਿਸਾਨੋਂ ਨੇ ਅੰਮ੍ਰਿਤਸਰ ਪਠਾਨਕੋਟ ਪਰ ਹੀ ਜਾਮ ਲਗਾ ਕੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਮਸਲਿਆਂ ਤੇ ਅਸੀਂ ਸਾਰੇ ਇਕੱਠੇ ਹੋਏ ਸਾਂ, 8 ਕਿਸਾਨ ਜਥੇਬੰਦੀਆਂ ਜਿਹੜੀਆਂ ਲੜ ਰਹੀਆਂ ਪਿਛਲੇ ਸਮੇਂ ਤੋਂ, ਜਿਨ੍ਹਾਂ ਰੇਲਾਂ ਵੀ ਡੱਕੀਆਂ, ਜਿਨ੍ਹਾਂ DC ਦਫ਼ਤਰ ਵੀ ਘੇਰੇ, ਉਹ ਪੰਜਾਬ ਦੀਆਂ 5 ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਮੰਡੀਆਂ 'ਚ ਇਹਨਾਂ ਰੋਲ ਦਿੱਤਾ, ਜੱਟ ਨੂੰ ਜੱਟ ਦੇ ਪੱਲੇ ਕੱਖ ਨਹੀਂ ਦਿੱਤਾ, ਪੰਜਾਬ ਦਾ ਥੇਹ ਕਰਤਾ ਇਹਨਾਂ ਬਾਦਲਾਂ ਨੇ ਅਤੇ ਮੋਦੀ ਨੇ। ਇਹਨਾਂ ਗੱਲਾਂ ਲਈ ਅੱਜ ਅਸਾਂ ਵਜ਼ੀਰਾਂ ਦੇ ਘਰਾਓ ਰੱਖੇ ਸਨ, ਅਸੀਂ ਬੱਬੇ ਹਾਲ ਦਾ ਘਰਾਓ ਕਰਨ ਜਾ ਰਹੇ ਸਾਂ, ਪੁਲਿਸ ਨੇ ਸਾਨੂੰ ਇੱਥੇ ਚੌਂਕ 'ਚ ਡੱਕ ਦਿੱਤਾ, ਅਸੀਂ ਇੱਥੇ ਹੀ ਬਹਿ ਗਏ ਹਾਂ। ਹੋਰ ਸਾਡੇ ਜਿੱਥੇ ਵੀ ਥਾਂ ਥਾਂ 'ਤੇ ਇਹਨਾਂ ਰੋਕ ਲਏ ਨੇ,
ਸਾਡੇ ਕਾਫੀ ਆਗੂ ਜਿਹੜੇ ਸਵੇਰ ਦੇ ਨਾਲ ਰਾਤ ਦੇ ਫੜ ਲਏ ਨੇ, ਜਿਹਦੇ ਕਰਕੇ ਇਹਨਾਂ ਹਰ ਸੰਭਵ ਯਤਨ ਕੀਤਾ ਪੁਲਿਸ ਰਾਹੀਂ ਰਿਪਰੈਸ਼ਨ ਕਰਨ ਦਾ ਕਿ ਸਾਡੇ ਮੰਤਰੀਆਂ ਨੂੰ ਘੇਰਿਆ ਨਾ ਜਾਵੇ। ਅਸੀਂ ਉਹਦੇ ਪਿੰਡ ਘੇਰਨ ਵਾਸਤੇ ਘੇਰਾ ਪਾਉਣ ਵਾਸਤੇ ਜਾ ਰਹੇ ਹਾਂ। ਸਾਨੂੰ ਇੱਥੇ ਕਨੂੰਵਣ ਚੌਂਕ 'ਚ ਗੁਰਦਾਸਪੁਰ ਜਿਹੜਾ ਰੋਕ ਲਿਆ ਪੁਲਿਸ ਨੇ, ਅਸੀਂ ਇੱਥੇ ਹੀ ਸੜਕ ਮਲ ਕੇ ਬਹਿ ਗਏ ਹਾਂ। ਸਾਡੀਆਂ ਮੰਗਾਂ ਬੜੀਆਂ ਵਾਜਬ ਨੇ, ਇਹਨਾਂ ਪੰਜਾਬ ਦਾ ਸੱਤਿਆ ਨਾਸ ਕਰ ਦਿੱਤਾ ਇਹਨਾਂ ਪਿਓ ਪੁੱਤ ਦੀ ਸਰਕਾਰ ਨੇ, ਇਹਨਾਂ ਪੰਜਾਬ ਨੂੰ ਲੁੱਟ ਲਿਆ, ਦੋਵੇਂ ਹੱਥੀਂ ਲੁੱਟ ਲਿਆ। ਅੰਮ੍ਰਿਤਸਰ ਮੇਂ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਬੜੀ ਧੂਮਧਾਮ ਸੇ ਮਨਾਇਆ ਦਸਹਿਰਾ। ਹਮਾਰੇ ਸੰਵਾਦਦਾਤਾ ਲਲਿਤ ਸ਼ਰਮਾ ਕੀ ਰਿਪੋਰਟ। ਅੰਮ੍ਰਿਤਸਰ ਮੇਂ ਪੰਜਾਬ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਕੀ ਹਰ ਸਾਲ ਕੀ ਤਰ੍ਹਾਂ ਇਸ ਬਾਰ ਵੀ ਦਸਹਿਰੇ ਕਾ ਤਿਉਹਾਰ ਅਰਜੀਤ ਐਵਨਿਊ ਕੇ ਮੈਦਾਨ ਮੇਂ ਬੜੀ ਧੂਮਧਾਮ ਸੇ ਮਨਾਇਆ। ਇਸ ਤਿਉਹਾਰ ਕੇ ਮੁੱਖ ਮਹਿਮਾਨ ਕੇਂਦਰ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਵਿਸ਼ੇਸ਼ ਤੌਰ ਪਰ ਸ਼ਾਮਿਲ ਹੋਏ। ਉਨ੍ਹੋਂਨੇ ਅਗਨੀ ਭੇਟ ਕਰ ਰਾਵਣ, ਕੁੰਭਕਰਨ ਔਰ ਮੇਘਨਾਥ ਕੇ ਪੁਤਲਾ ਦਹਨ ਕੀਆ ਔਰ ਸੰਬੋਧਿਤ ਕਰਤੇ ਉਨ੍ਹੋਂਨੇ ਦਸਹਿਰੇ ਕੇ ਤਿਉਹਾਰ ਕੋ ਮਨਾਇਆ। ਪੰਜਾਬ ਮੇਂ ਬੜੀ ਜੋਸ਼ ਕੇ ਸਾਥ ਇਸ ਤਿਉਹਾਰ ਕੋ ਮਨਾਏ। ਮੇਰਾ ਸੌਭਾਗ ਹੈ, ਇੱਕ ਮਹੀਨੇ ਪਹਿਲੇ ਅਨਿਲ ਜੋਸ਼ੀ ਜੀ ਮੇਰੇ ਦਫ਼ਤਰ ਆਏ। ਇਸ ਪਿਆਰ ਸੇ, ਜਿਸ ਪ੍ਰੇਮ ਸੇ, ਜਿਸ ਵਿਨਮ੍ਰਤਾ ਸੇ ਨਿਵੇਦਨ ਕਰਾ ਔਰ ਜੋ ਮੁਝੇ ਵਹਾਂ ਕੇ ਯਹਾਂ ਕੇ ਐਲਬਮ ਦਿਖਾਏ, ਦ੍ਰਿਸ਼ ਦਿਖਾਏ, ਮੁਝੇ ਯਕੀਨ ਨਹੀਂ ਹੋਆ ਕਿ ਅੰਮ੍ਰਿਤਸਰ ਕੇ ਅੰਦਰ ਇਤਨਾ ਬੜਾ ਵਿਜੇ ਦਸ਼ਮੀ ਕਾ ਮੇਲਾ ਲੱਗ ਸਕਤਾ ਹੈ। ਔਰ ਆਜ ਮੁਝੇ ਯਕੀਨ ਹੋ ਗਿਆ ਆਪਣੀ ਆਂਖ ਸੇ ਦੇਖ ਕਰ, ਇਤਨੀ ਬੜੀ ਮਾਤਰਾ ਮੈਂ ਆਪਕੋ ਸਭ ਯਹਾਂ ਪੇ ਦੇਖ ਕਰ, ਬੱਚੋਂ ਕੋ, ਬੜੋਂ ਕੋ, ਬੂੜੋਂ ਕੋ, ਕਿ ਕਿਤਨੇ ਮਨ ਸੇ, ਕਿਤਨੇ ਜੋਸ਼ ਕੇ ਸਾਥ ਆਪ ਵਿਜੇ ਦਸ਼ਮੀ ਕੋ ਮਨਾਨੇ ਆ ਬਤਾ ਰਹੇ ਹੈ। ਜੋ ਆਪਣੇ ਬੱਚੋਂ ਕੋ, ਪਰਿਵਾਰ ਕੋ ਕਹੀਂ ਬਾਹਰ ਲੈ ਜਾਣਾ ਹੋਤਾ ਹੈ, ਮੈਂ ਵੀ ਕਈ ਵਾਰ ਸੋਚਦਾ ਹਾਂ ਕਿ ਕਹਾਂ ਲੈ ਜਾਏਗਾ। ਲੈ ਜਾਣੇ ਕੇ ਲਈ ਆਜ ਕਲ ਕੁਛ ਮਾਲ ਲੈ ਜਾ ਸਕਤੇ ਹੈ ਯਾ ਫਿਲਮ ਦਿਖਾਨੇ ਲੈ ਜਾ ਸਕਤੇ ਹੈ। ਐਸੇ ਅਵਸਰ ਬਹੁਤ ਕਮ ਮਿਲਤੇ ਹੈ ਜਹਾਂ ਪੂਰਾ ਸਮਾਜ ਇਕੱਠਾ। ਜਥੇਦਾਰ ਵੇਦਾਂਤੀ ਕਾ ਕਹਿਣਾ ਹੈ, ਪਾਂਚ ਪਿਆਰੋ ਕਾ ਫੈਸਲਾ ਸਹੀ, ਉਨ੍ਹੇ ਸਸਪੈਂਡ ਕਰਨਾ ਦੁਖਦਾਈ। ਹਮਾਰੇ ਸੰਵਾਦਦਾਤਾ ਲਲਿਤ ਸ਼ਰਮਾ ਕੀ ਰਿਪੋਰਟ। ਪੰਥ ਲਈ ਬਹੁਤ ਦੁਖਦਾਈ ਘਟਨਾ, ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਜਿਹੜੇ ਪ੍ਰਣਾਮ ਨੇ ਕੋਈ ਬਹੁਤੇ ਚੰਗੇ ਨਿਕਲਣ ਦੀ ਆਸ ਨਹੀਂ ਹੈ। ਇਹ ਬਹੁਤ ਕਾਹਲੀ ਵਿੱਚ ਸਾਰੇ ਕੰਮ ਹੋ ਜਾਂਦੇ ਨੇ। ਇਹਨੂੰ ਜਦੋਂ ਪੰਥ ਵਿੱਚ ਇਸ ਤਰ੍ਹਾਂ ਦੇ ਵਿਵਾਦ ਸ਼ੁਰੂ ਹੋ ਜਾਂਦੇ ਨੇ, ਉਹਨੂੰ ਬੜੀ ਦੀਰਘ ਵਿਚਾਰ ਦੇ ਨਾਲ, ਦੂਰ ਦ੍ਰਿਸ਼ਟੀ ਦੇ ਨਾਲ ਅਤੇ ਚੰਗੇ ਚੰਗੇ ਜਿਹੜੇ ਵਿਦਵਾਨ ਚਿੰਤਕ ਨੇ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਇਹ ਕਾਰਜ ਹੋਣੇ ਚਾਹੀਦੇ। ਜਦੋਂ ਥੋੜ੍ਹੇ ਜਿਹੀ ਕਾਹਲੀ ਦੇ ਨਾਲ ਕੋਈ ਕੰਮ ਹੋ ਜਾਂਦੇ ਨੇ, ਫਿਰ ਉਹਦੇ ਲਈ ਵਾਦ ਵਿਵਾਦ ਜਿਹੜੇ ਸ਼ੁਰੂ ਹੋ ਜਾਂਦੇ ਨੇ। ਕੇਵਲ ਸਿੱਖ ਧਰਮ ਦੀ ਪ੍ਰਭੂ ਸੱਤਾ ਦਾ ਅਤੇ ਗੌਰਵਮਈ ਸਿੱਖ ਸਿਧਾਂਤਾਂ ਦੀ ਅਗਵਾਈ ਕਰਨ ਵਾਲਾ ਅਕਾਲ ਤਖ਼ਤ ਹੈ। ਅਕਾਲ ਤਖ਼ਤ ਵੱਲੋਂ ਕੋਈ ਵੀ ਐਸਾ ਕਾਰਜ ਨਾ ਹੋਵੇ ਜਿਸ ਕਰਕੇ ਲੋਕ ਉਹਦੇ 'ਤੇ ਕੋਈ ਕਿੰਤੂ ਪਰੰਤੂ ਕਰਨ ਦੀ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਮੌਕਾ ਨਹੀਂ ਦੇਣਾ ਚਾਹੀਦਾ। ਮੈਂ ਇਸ ਗੱਲ ਨੂੰ ਬਸ ਇੰਨੀ ਗੱਲ ਹੀ ਕਹਿਣਾ ਚਾਹਾਂਗਾ ਵੀ ਪੰਜਾਂ ਪਿਆਰਿਆਂ ਨੇ ਜੋ ਕਾਰਜ ਕਰ ਲਿਆ ਸੀ ਉਹਨਾਂ ਨੂੰ ਮੁਅੱਤਲ ਕਰਨਾ ਬਹੁਤ ਦੁਖਦਾਈ ਘਟਨਾ, ਬਸ ਇਹੀ ਮੈਂ ਕਹਿਣਾ ਚਾਹਾਂਗਾ, ਹੋਰ ਮੈਂ ਕੁਝ ਨਹੀਂ ਕਹਿਣਾ। ਨਹੀਂ, ਹੁਣ ਜੋ ਉਹਨਾਂ ਨੇ ਫੈਸਲਾ ਲਿਆ ਮਹਾਰਾਜ ਦੀ ਹਜ਼ੂਰੀ ਅਰਦਾਸ ਕਰਕੇ ਕੀਤਾ ਵਾ, ਉਹਨਾਂ ਨੇ ਕੋਈ ਫੈਸਲਾ ਗਲਤ ਨਹੀਂ ਲਿਆ, ਫੈਸਲਾ ਠੀਕ ਲਿਆ ਵਾ, ਪਰ ਉਹਨਾਂ ਨੂੰ ਮੁਅੱਤਲ ਕਰਨਾ ਵੀ ਜਿਹੜਾ ਉਹ ਵੀ ਉਦੋਂ ਦੁਖਦਾਈ ਗੱਲ ਹੋ ਗਈ। ਬਹੁਤ ਨਵੇਂ ਵਿਵਾਦ ਸਾਡੇ ਖੜ੍ਹੇ ਹੋ ਗਏ ਨੇ, ਸਾਨੂੰ ਇਹਨਾਂ ਨੂੰ ਸਿਰ ਜੋੜ ਕੇ ਦੂਸਰੀਆਂ ਵੀ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਔਰ ਪੰਥ ਦੇ ਚਿੰਤਕ ਨੇ ਉਹਨਾਂ ਸਾਰਿਆਂ ਨੂੰ ਸਿਰ ਜੋੜ ਕੇ ਇਕੱਠੇ ਹੋ ਕੇ ਕੋਈ ਇਸ ਤਰ੍ਹਾਂ ਦੇ ਫੈਸਲੇ
ਲੈਣੇ ਚਾਹੀਦੇ ਨੇ, ਜਿਸ ਕਰਕੇ ਕੌਮ ਦਾ ਸਮੁੱਚੀ ਕੌਮ ਜਿਹੜੀ ਹੈ ਉਹ ਅਕਾਲ ਤਖ਼ਤ ਦੇ ਨਾਲ ਜਾਗਤ ਜੋਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਰਹੇ। ਜੇ ਇਸ ਤਰ੍ਹਾਂ ਦੇ ਨਵੇਂ ਨਵੇਂ ਰੋਜ਼ ਕੋਈ ਸੰਕਟ ਸਾਹਮਣੇ ਆਉਣਗੇ, ਬਾਅਦ ਹੋਣਗੇ, ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ 'ਤੇ ਬਹੁਤ ਵੱਡੀ ਸੱਟ ਲੱਗਦੀ। ਅਕਾਲ ਤਖ਼ਤ ਸਾਹਿਬ ਕਿਸੇ ਖਾਸ ਇਮਾਰਤ ਦਾ ਨਾਂ ਨਹੀਂ। ਸ਼੍ਰੀ ਅਕਾਲ ਤਖ਼ਤ ਦੀ ਸਿਰਜਣਾ ਵੀਹਵੀਂ ਪੀੜ੍ਹੀ ਦੇ ਮਾਰਗ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪ ਕੀਤੀ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਸਿੱਖ ਜਗਤ ਦਾ ਪ੍ਰਭੂ ਸੱਤਾ, ਗੌਰਵਮਈ ਸਿੱਖ ਰਹਿਤ ਮਰਜ਼ਾਦਾ ਦੇ ਅੰਤਰਗਤ ਸਿੱਖਾਂ ਨੂੰ ਜੀਵਨ ਦੀ ਜਾਂਚ ਦੇਣ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਜਗਤ ਨੂੰ ਜੋੜਦਾ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਨਾਲ, ਔਰ ਕਿਵੇਂ ਜੀਵਨ ਜਾਂਚ ਗੁਰਸਿੱਖਾਂ ਨੇ ਜਿਉਣਾ ਉਹਦੀ ਜੁਗਤ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਜ਼ਾਦਾ ਅਨੁਸਾਰ ਹੀ ਸਾਰੇ ਸਿੱਖ ਜਿਹੜੇ ਨੇ ਉਸ ਨੂੰ ਸਿਰ ਝੁਕਾਉਂਦੇ ਨੇ। ਇਮਾਰਤਾਂ ਬਣ ਜਾਂਦੀਆਂ ਨੇ, ਪਰ ਜਿਹੜੇ ਸਾਡੇ ਸਿਧਾਂਤ ਨੇ ਔਰ ਜਿਹੜੀ ਸਾਡੀ ਮਰਜ਼ਾਦਾ ਹੈ, ਜਦੋਂ ਉਹਦੇ 'ਤੇ ਕੋਈ ਭੰਗ ਹੋ ਜਾਵੇ ਉਹਦਾ ਬਹੁਤ ਮੁਸ਼ਕਲ ਹੋ ਜਾਂਦਾ ਵਾ, ਬੜਾ ਸਮਾਂ ਲੱਗਦਾ ਵਾ ਫਿਰ ਉਹਨਾਂ ਮਰਜ਼ਾਦਾ ਨੂੰ ਕਾਇਮ ਕਰਨ ਲਈ। ਇਸ ਸਮੇਂ ਸਾਰੇ ਸਮੁੱਚੇ ਜਗਤ ਨੂੰ, ਸਮੁੱਚੇ ਜਗ ਦੇ ਬੁੱਧੀਜੀਵੀਆਂ ਨੂੰ ਭਾਵਨਾ ਸ਼ਰਧਾ ਦੇ ਨਾਲ ਆਉਣ ਵਾਲੀ ਜਿਹੜੇ ਮਸਲੇ ਨੇ ਉਹ ਸਿਰ ਜੋੜ ਕੇ ਉਹਨੂੰ ਬਾਅਦ ਵਿਵਾਦ ਦੇ ਜਿਹੜੇ ਇਸ ਤਰ੍ਹਾਂ ਦੇ ਆਏ ਨੇ ਸਾਹਮਣੇ ਉਹਨਾਂ ਦਾ ਨਿਪਟਾਰਾ ਸਿਰ ਜੋੜ ਕੇ ਕਰਨਾ ਚਾਹੀਦਾ। ਇਹ ਮੈਂ ਸਮੁੱਚੇ ਜਗਤ ਦੇ ਵਿਦਵਾਨਾਂ ਨੂੰ, ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਹੁਣ ਮੌਕਾ ਵਾ ਸਾਰੇ ਸਿਰ ਜੋੜ ਕੇ ਇਕੱਠੇ ਹੋ ਕੇ ਇਹ ਜੋ ਬਹੁਤ ਵਿਖਮ ਸਮਾਂ ਆਇਆ ਉਹਦਾ ਨਿਪਟਾਰਾ ਸਿਰ ਜੋੜ ਕੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਅਵਤਾਰ ਸਿੰਘ ਪੇ SGPC ਕੇ ਮੁਲਾਜ਼ਮੋਂ ਨੇ ਕੀ ਹਮਲੇ ਕੀ ਕੋਸ਼ਿਸ਼, ਹਮਾਰੇ ਸੰਵਾਦਦਾਤਾ ਲਲਿਤ ਸ਼ਰਮਾ ਕੀ ਰਿਪੋਰਟ। ਸਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਅਵਤਾਰ ਸਿੰਘ ਮੱਕੜ ਪਰ ਅੱਜ SGPC ਕੇ ਮੁਲਾਜ਼ਮੋਂ ਰਮਦੀਪ ਸਿੰਘ ਨੇ ਹਮਲਾ ਕਰਨੇ ਕੀ ਕੋਸ਼ਿਸ਼ ਕੀ। ਹਾਲਾਂਕਿ ਇਸ ਦੌਰਾਨ ਵਹਾਂ ਮੌਜੂਦ ਪ੍ਰਧਾਨ ਕੀ ਸੁਰੱਖਿਆ ਬਲੋਂ ਔਰ ਕਮੇਟੀ ਕੇ ਅਨਯ ਮੁਲਾਜ਼ਮੋਂ ਨੇ ਰਮਦੀਪ ਸਿੰਘ ਕੋ ਕਾਬੂ ਕੀਆ ਔਰ ਕਾਰਯਾਲਯ ਸੇ ਬਾਹਰ ਨਿਕਾਲ ਦਿਆ। ਇਸ ਦੌਰਾਨ ਰਮਦੀਪ ਸਿੰਘ ਕਾਫੀ ਗੁੱਸੇ ਮੇਂ ਥੇ ਔਰ ਪ੍ਰਧਾਨ ਕੇ ਖਿਲਾਫ਼ ਨਾਰੇਬਾਜ਼ੀ ਵੀ ਕਰਤੇ ਰਹੇ। अवतार सिंह मक्कर का कहना है पांचों प्यारों को आदेश देने का नहीं है अधिकार। हमारे संवाददाता ललित शर्मा की रिपोर्ट। पांच प्यारों के अधिकार क्षेत्र कोई ऐसी व्यवस्था नहीं कि वो कोई हुक्मनामा या आदेश या संदेश या फरमान जारी कर। तो उन्हां वालों अपने अधिकार क्षेत्र तो बाहर जाके कीता फैसला ਅਨਅਧਿਕਾਰਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਮੂਲ ਰੂਪ ਵਿੱਚ ਰੱਦ ਕਰਦੀ ਹੈ। ਔਰ ਅਗਲੀ ਕਾਰਵਾਈ ਲਈ ਇੱਕ ਬਹੁਤ ਹੀ ਐਮਰਜੈਂਟ ਮੀਟਿੰਗ ਜਿਹੜੀ ਹੈ ਉਹ 26 ਤਰੀਕ ਨੂੰ ਬਾਅਦ ਦੁਪਹਿਰ 1 ਵਜੇ। ਅਧਿਕਾਰਤੀ ਨਹੀਂ, ਜਦੋਂ ਮੈਂ ਕਹਿੰਦਾ ਕੋਈ ਅਧਿਕਾਰਤੀ ਨਹੀਂ ਹੈਗੇ ਉਹ, ਅਤੇ ਉਹ ਪੰਜ ਪਿਆਰੇ ਸੀਗੇ, ਹੁਣ ਉਹ ਪੰਜ ਪਿਆਰੇ ਨਹੀਂ ਹੈਗੇ, ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਕਰਮਚਾਰੀ ਹੀ ਗਿਣੇ ਜਾਣਗੇ ਔਰ ਉਹਨਾਂ ਨੂੰ ਦੀ ਕੋਈ ਵਿਵਸਥਾ ਨਹੀਂ। ਜਦੋਂ ਸਸਪੈਂਡ ਹੋ ਗਿਆ ਬੰਦਾ, ਮੁਅੱਤਲ ਹੋ ਗਿਆ, ਉਹ ਕੋਈ ਵੀ ਅਧਿਕਾਰ ਉਹ ਨਹੀਂ ਰੱਖਦਾ ਆਪਣੀ ਜਿਹੜੀ ਜੇ ਅੱਜ ਕੋਈ ਵੀ ਅਦਰ ਦੈਨ ਇਹਨਾਂ ਦੇ ਹੋਵੇ ਉਹ ਵੀ ਕੋਈ ਅਧਿਕਾਰ ਨਹੀਂ ਰੱਖਦਾ ਕਿ ਉਹ ਕੋਈ ਆ ਕੇ ਕੰਮ ਕਰੇ। ਜਿਹੜੇ ਬੰਦੇ ਸਸਪੈਂਡਡ ਹੁੰਦੇ ਨੇ ਉਹ
ਉਹਨਾਂ ਦਾ ਹੈਡਕੁਆਟਰ ਬਦਲਿਆ ਜਾਂਦਾ ਲੇਕਿਨ ਉਹ ਕੰਮ ਨਹੀਂ ਕਰਦੇ। ਰਾਮਲੀਲਾ ਪ੍ਰਚਾਰ ਸਮਿਤੀ ਦੁਆਰਾ ਆਯੋਜਿਤ ਸ਼ਿਵ ਤਾਂਡਵ ਸਰੋਤ ਪਰ ਸੁਮਿਤ ਖੇਤਾਂ ਦਾ ਅਦਭੁਤ ਪ੍ਰਸਤੁਤੀ ਸ਼ਾਲਨੀ ਸਿੰਘ ਕੀ ਰਿਪੋਰਟ। ਰਾਮਲੀਲਾ ਪ੍ਰਚਾਰ ਸਮਿਤੀ ਦੁਆਰਾ ਮਲਾਡ ਪੱਛਮ ਸਥਿਤ ਮੈਦਾਨ ਵਿੱਚ ਸ਼ਿਵ ਤਾਂਡਵ ਸਰੋਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੁਮਿਤ ਖੇਤਾਂ ਨੇ ਅਦਭੁਤ ਪ੍ਰਸਤੁਤੀ ਦੀ ਔਰ ਲੋਗੋ ਕਾ ਮਨ ਮੋਹ ਲਿਆ। ਇਸ ਮੌਕੇ ਪਰ ਉਨ੍ਹੋਂਨੇ ਕਿਆ ਕੁਛ ਕਹਾ, ਆਈਏ ਸੁਣਤੇ ਹੈਂ। ਆਜ ਰਾਮਲੀਲਾ ਕਾ 10ਵਾਂ ਦਿਵਸ ਥਾ ਔਰ ਰਾਵਣ ਪਰ ਰਾਮ ਕੀ ਵਿਜੈ ਕਾ ਦਿਨ ਥਾ, ਬੁਰਾਈ ਪਰ ਅੱਛਾਈ ਕੀ ਵਿਜੈ ਕਾ ਦਿਨ ਥਾ। आज के लिए बस इतना ही। और ताजा तरीन खबरों के लिए आप हमारे वेबसाइट पर विजिट कर सकते हैं www.timenews.co पर।